ਇਹ ਕੋਈ ਪਹਿਲੀ ਵਾਰ ਨਹੀਂ ਸੀ ਬਲਕਿ ਆਏ ਦਿਨ ਹੀ ਨਿਸ਼ੂ ਦੇਸ਼ਵਾਲ ਅਸਿਸਟੈਂਟ ਕਰਦਾ ਰਹਿੰਦਾ ਸੀ। 7 ਲੱਖ ਤੋਂ ਵੱਧ ਬੰਦਾ ਬਾਈ ਨੂੰ ਇੰਸਟਾਗ੍ਰਾਮ ਤੇ ਫੋਲੋ ਕਰਦਾ ਸੀ ਤੇ ਇੱਥੋਂ ਹੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਨਿਸ਼ੂ ਦੇਸ਼ਵਾਲ ਕਿੰਨਾ ਜ਼ਿਆਦਾ ਪ੍ਰੋਫੈਸ਼ਨਲ ਹੋਏਗਾ, ਜਿਸ ਕਰਕੇ ਉਹਦੀ ਇੰਨੀ ਜ਼ਿਆਦਾ ਫੈਨ ਫੋਲੋਇੰਗ ਸੀ। ਪਰ ਨਿਸ਼ੂ ਨਾਲ ਇਹ ਵੱਡੀ ਘਟਨਾ ਕਿਵੇਂ ਵਾਪਰੀ ਉਹਦਾ ਕੱਲਾ ਕੱਲਾ ਸੱਚ ਹੁਣ ਪਤਾ ਲੱਗ ਗਿਆ ਹੈ। ਪਹਿਲੀ ਗਲਤੀ ਨਿਸ਼ੂ ਨੇ ਇਹ ਕੀਤੀ ਕਿ ਉਹਨੇ ਸਟੰਟ ਬਿਲਕੁਲ ਨਦੀ ਦੇ ਕਿਨਾਰੇ ਪਰਫਾਰਮ ਕੀਤਾ ਤੇ ਟਰੈਕਟਰ ਦੇ ਟਾਇਰਾਂ ਥੱਲੇ ਬਿਲਕੁਲ ਰੇਤ ਸੀ ਤੇ ਤੁਸੀਂ ਜਾਣਦੇ ਹੋ ਕਿ ਜਦੋਂ ਟਰੈਕਟਰ ਖੜਾ ਹੁੰਦਾ ਹੈ ਤਾਂ ਉਸ ਨੂੰ ਪਿੱਛੇ ਪਲਟਣ ਤੋਂ ਰੋਕਣ ਲਈ ਲਿਫਟ ਹੀ ਸਹਾਰਾ ਬਣਦੀ ਹੈ, ਜੋ ਪਿੱਛੇ ਫੱਟੀ ਹੁੰਦੀ ਹੈ ਉਸ ਕਰਕੇ ਹੀ ਟਰੈਕਟਰ ਪਲਟਦਾ ਨਹੀਂ ਤੇ ਸਟੰਟ ਪਰਫਾਰਮ ਹੁੰਦੇ ਨੇ। ਪਰ ਟਰੈਕਟਰ ਥੱਲੇ ਗਿੱਲੀ ਰੇਤ ਹੋਣ ਕਰਕੇ ਜਦੋਂ ਟਰੈਕਟਰ ਉੱਠਦਾ ਤਾਂ ਲਿਫਟ ਵਾਲੀ ਫੱਟੀ ਪੂਰੀ ਤਰ੍ਹਾਂ ਥੱਲੇ ਧਸ ਜਾਂਦੀ ਹੈ ਤੇ ਟਰੈਕਟਰ ਦਾ ਵੇਟ ਪਿੱਛੇ ਜੋ ਸਪੀਕਰਾਂ ਨੂੰ ਐਂਗਲ ਲਾਏ ਹੁੰਦੇ ਨੇ ਟਰੈਕਟਰ ਦਾ ਵੇਟ ਉਹਦੇ ਤੇ ਆ ਜਾਂਦਾ ਤੇ ਉਹ ਵੀ ਐਂਗਲ ਬੈਂਡ ਹੋ ਜਾਂਦਾ, ਜਿਸ ਤੋਂ ਬਾਅਦ ਪੂਰੀ ਤਰ੍ਹਾਂ ਟਰੈਕਟਰ ਦਾ ਭਾਰ ਡਰਾਈਵਰ ਸੀਟ ਤੇ ਪੈ ਲੱਗ ਪੈਂਦਾ ਤੇ ਇਸ ਸੀਟ ਤੇ ਨਿਸ਼ੂ ਬੈਠਾ ਹੁੰਦਾ ਤੇ ਸਾਰਾ ਭਾਰ ਨਿਸ਼ੂ ਦੇ ਉੱਤੇ ਪੈ ਜਾਂਦਾ, ਜਿਸ ਤੋਂ ਬਾਅਦ ਦਬ ਜਾਂਦਾ ਨਿਸ਼ੂ ਦੇਸ਼ਵਾਲ ਦਾ ਸਰੀਰ ਤੇ ਚੰਦ ਸਕਿੰਟਾਂ ਦੇ ਵਿੱਚ ਹੀ ਬਾਈ ਨਿਸ਼ੂ ਦੇਸ਼ਵਾਲ ਦੀ ਜਾਨ ਚਲੀ ਜਾਂਦੀ ਹੈ। ਨਿਸ਼ੂ ਦੀ ਇਹ ਖਬਰ ਸੁਣ ਕੇ ਕੋਈ ਵਿਸ਼ਵਾਸ ਨਹੀਂ ਕਰ ਰਿਹਾ ਕਿਉਂਕਿ ਇੰਨਾ ਜ਼ਿਆਦਾ ਪ੍ਰੋਫੈਸ਼ਨਲ ਸਟੰਟਮੈਨ ਸੀ, ਅਕਸਰ ਇਹੋ ਜਿਹੇ ਨੋਰਮਲ ਸਟੰਟ ਤਾਂ ਕਰਦਾ ਰਹਿੰਦਾ ਸੀ, ਪਰ ਕਹਿੰਦੇ ਨੇ ਜਦੋਂ ਆਉਣੀ ਹੈ ਤਾਂ ਉਸ ਵਕਤ ਪਤਾ ਨਹੀਂ ਲੱਗਦਾ ਕਿ ਕਿਹੜਾ ਪਾਣਾ ਵਾਪਰ ਜਾਣਾ। ਤੁਸੀਂ ਵੀ ਬਾਈ ਲਈ ਕਮੈਂਟ 'ਚ ਵਾਹਿਗੁਰੂ ਜ਼ਰੂਰ ਲਿਖਿਓ।